ਹੁਣ ਅਗਲੇ ਸਾਡੇ ਬੁਲਾਰੇ ਨੇ ਡਾਕਟਰ ਬਲਕਾਰ ਸਿੰਘ ਜੀ ਸਾਬਕਾ ਮੁਖੀ ਰੀਲਿਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਆਪਣੇ ਵਿਚਾਰ ਤਿੰਨ ਵਜ ਕੇ 5 ਮਿੰਟ ਪਲੀਜ਼ ਰਿਕਵੈਸਟ ਕਰਕੇ ਟਾਈਮ ਦਾ ਆਪਾਂ ਖਿਆਲ ਰੱਖਣਾ ਪਲੀਜ਼ ਇਹਦੇ ਬਾਰੇ ਜਰੂਰ ਬਚਾਰਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਜੀ ਕੀ ਫਤਿਹ ਸੈਮੀਨਾਰ ਦੇ ਵਿੱਚ ਮੈਨੂੰ ਹੁਕਮ ਆਇਆ ਸੀ ਪ੍ਰਬੰਧਕਾਂ ਵੱਲੋਂ ਕਿ ਮੈਂ ਸਿੱਖ ਪੰਥ ਦੀਆਂ ਸਰਮੌਰ ਸੰਸਥਾਵਾਂ ਦਾ ਜੱਜਰਾ ਰਾਸੀ ਦਮਨ ਹੋ ਰਿਹਾ ਹੈ ਅਤੇ ਸਿੱਖ ਰਾਜਨੀਤੀ ਅੰਦਰ ਗ੍ਰਾਵਟ ਆਈ ਹੈ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਸਮਝਦਾ ਕਿ ਬਹੁਤੀ ਵਾਰਾਂ ਸੀ ਕਿਉਂਕਿ ਅੱਜ ਵੀ ਇਹ ਹਾਲ ਇਸ ਰਹੀ ਹੈ ਕਿ ਅਸੀਂ ਸਾਰੇ ਜਿਹੜੇ ਨੇ ਇੱਕ ਵਿਸ਼ਵਾਸ ਦੇ ਧਾਰਨੀ ਬੈਠੇ ਹੋਏ ਆਂ ਔਰ ਇੱਕ ਸੋਚ ਦੇ ਧਾਰਨੀ ਬੈਠੇ ਹੋਏ ਆਂ ਤੇ ਅਸੀਂ ਇੱਕ ਦੂਜੇ ਨਾਲ ਜਦੋਂ ਗੱਲਾਂ ਬਹੁਤ ਸੌਖੀ ਹੋ ਜਾਂਦੀ ਹੈ ਕਿਉਂਕਿ ਸਾਰੇ ਹੀ ਉਸ ਗੱਲ 'ਚ ਵਿਸ਼ਵਾਸ ਕਰਦੇ ਹੁੰਦੇ ਆਂ ਪਰ ਜਦੋਂ ਟਾਪਿਕ ਲੈਣੇ ਆਂ ਤੇ ਉਹਦੀ ਅਸੀਂ ਐਨਾਲਿਸਿਸ ਕਰਦੇ ਆਂ ਤੇ ਉਹਨੂੰ ਕੋਸ਼ਿਸ਼ ਕਰਦੇ ਆਪਾਂ ਉਹਨੂੰ ਸਿਚੁਏਟ ਕਰੀਏ ਉਸ ਹਾਲਾਤ ਵਿੱਚ ਜਿੱਥੇ ਜਿਹਦੇ ਵਿੱਚ ਉਹ ਹੋ ਰਿਹਾ ਹੈ ਤੇ ਉਹਦੇ ਤੋਂ ਆਪਣਾ ਨੀਜੇ ਕੱਢਣ ਦੀ ਕੋਸ਼ਿਸ਼ ਮੈਂ ਸਮਝਦਾ ਕਿ ਮੇਰੇ ਕੋਲ ਇਹ ਏਸੈਂਸ਼ੀਅਲ ਟਾਪਿਕ ਹੈ ਅੱਜ ਦੀ ਸਾਡੀ ਜਿਹੜੀ ਸਥਿਤੀ ਹੈ ਉਹਦੇ ਨਾਲ ਰਿਲੇਟਡ ਹੈ ਇਸ ਕਰਕੇ ਮੈਂ ਆਪਣਾ ਜਿਹੜੀ ਗੱਲਬਾਤ ਹੈ ਉਹ ਮਿੱਥੇ ਹੌਲ ਸਮੇਂ ਦੇ ਵਿੱਚ ਹੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਪਹਿਲੀ ਗੱਲ ਜਿਹੜੀ ਜੈਂ ਮੈਂ ਇਹ ਸਬਮਿਸ਼ਨ ਇਹ ਹੈ ਕਿ ਸਾਨੂੰ ਪਹਿਲਾਂ ਫੈਸਲਾ ਕਰਕੇ ਗੱਲ ਨਹੀਂ ਕਰਨੀ ਚਾਹੀਦੀ ਇਸ ਕਰਕੇ ਸਮਝ ਲੈਣਾ ਚਾਹੀਦਾ ਹੈ ਕਿਉਂਕਿ ਜੇ ਪਹਿਲਾ ਫੈਸਲਾ ਕਰ ਗਏ ਤਾਂ ਉਹਰੇ ਨਾਲ ਅਕਹਿਰੀਆਂ ਤੇ ਉਲਝੀਆਂ ਹੋਈਆਂ ਪਰ ਤਾਂ ਸਾਹਮਣੇ ਆ ਜਾਣਗੀਆਂ ਕਿਉਂਕਿ ਅਸੀਂ ਆਪਣੀ ਗੱਲ ਨੂੰ ਸੰਭਾਅਸਤੇ ਅੱਗੇ ਜਾਵਾਂਗੇ ਤੇ ਇਸ ਕਰਕੇ ਮੈਂ ਦੇਖ ਰਿਹਾ ਕਿ ਜਿਹੜੀ ਗੱਲ ਜਿਹੜਾ ਟਾਪਿਕ ਮੈਂ ਲੈ ਰਿਹਾ ਜਿਹੜਾ ਟਾਪਿਕ ਮੇਰਾ ਲਿਆ ਹੋਇਆ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਨੋਲ ਨੇ ਕਿ ਇੱਕ ਜਿਹੜਾ ਸਾਡਾ ਸਮਕਾਲੀ ਸਿਆਸਤਦਾਨ ਹੈ ਤੇ ਸਾਡੇ ਸਮਕਾਲ ਵਿੱਚ ਸਾਡੇ ਕੰਟੈਂਪੋਰੀ ਸਿਚੁਏਸ਼ਨ ਵਿੱਚ ਸਾਡੇ ਜਿਹੜੇ ਸੰਸਥਾਵਾਂ ਹਨ ਉਹਦੇ ਵਾਸਤੇ ਆਮ ਤੌਰ ਤੇ ਹੀ ਦੇਖਦੇ ਆਂ ਵੀ ਅਸੀਂ ਕਰ ਲਈਏ ਕਿ ਮੇਰਾ ਧਾਰਨਾ ਇਹ ਹੈ ਕਿ ਸਮੱਸਿਆਵਾਂ ਨੂੰ ਜੇ ਪਿੰਪੁਆਇੰਟ ਕਰਨਾ ਪਵੇ ਤੇ ਮੈਂ ਇਹ ਵਿਸ਼ਵਾਸ ਕਰਕੇ ਦੁਰ ਰਹੇ ਹਾਂ ਮੇਰੀ ਸਟੱਡੀ ਦਾ ਹਿੱਸਾ ਇਹ ਹੈ ਦੋ ਮੇਰਾ ਵਿਸ਼ਵਾਸ ਕਿ ਬਹੁਤੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਨੇ ਉਹ ਸਿੱਖ ਸਿਆਸਤਦਾਨਾਂ ਦੀਆਂ ਪੈਦਾ ਕੀਤੀਆਂ ਹੋਈਆਂ ਨੇ ਸਿੱਖ ਸਿਆਸਤਦਾਨ ਕੋ ਬਹੁਤ ਵੱਡੀ ਗਿਣਤੀ ਵਿੱਚ ਨਹੀਂ ਹਨ ਉਹ ਕਮਿਊਨਿਟੀ ਇੱਕ ਆਲਰੇਡੀ ਅਸੀਂ ਮਤਲਬ ਛੋਟੀ ਕਮਿਊਨਿਟੀ ਆ ਤੇ ਛੋਟੀ ਕਮਿਊਨਿਟੀ ਚ ਬਹੁਤ ਛੋਟਾ ਜਿਹਾ ਹਿੱਸਾ ਹੈ ਪੁਆਇੰਟ ਕੁਝ ਪਰਸੈਂਟ ਵੀ ਨਹੀਂ ਬਣੇਗਾ ਪਰ ਉਸ ਉਹ ਗਲਤੀ ਕਰਦੇ ਨੇ ਉਹਦਾ ਖਮਿਆਜਾ ਸਾਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਜਦੋਂ ਉਹਦਾ ਖਮਿਆਜਾ ਸਾਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਤੇ ਅਸੀਂ ਹਰ ਉਸ ਫੈਸਲੇ ਨੂੰ ਅੱਜ ਰਿਵਿਊ ਕਰਨ ਦੀ ਕੋਸ਼ਿਸ਼ ਕਰਦੇ ਆਂ ਡਾਊਟ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਆਂ ਜਿਹੜੇ ਹੋ ਚੁੱਕੇ ਨੇ ਕਿਉਂਕਿ ਉਹ ਦਾ ਖਮਿਆਦਾ ਜਦੋਂ ਭੁਗਦਿਆ ਉਸ ਤੋਂ ਬਾਅਦ ਫੈਸਲੇ ਲੈਣ ਵਾਲੇ ਪਾਸੇ ਨੂੰ ਤੁਰਦੇ ਆਂ ਤੇ ਇਹ ਮੈਂ ਇੱਕ ਆਪਣੇ ਤੌਰ ਤੇ ਮੇਰਾ ਵਿਸ਼ਵਾਸ ਵੀ ਹੈ ਮੈਂ ਹਰ ਗੱਲ ਨੂੰ ਗੁਰਬਾਨੀ ਦੀ ਮੋਰੀ ਵਿੱਚ ਦੀ ਦੇਖਦਾ ਮੈਂ ਇਤਿਹਾਸਕ ਘਟਨਾਵਾਂ ਨੂੰ ਵੀ ਗੁਰਬਾਨੀ ਦੀ ਮੋਰੀ ਵਿੱਚ ਦੀ ਦੇਖਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਕਿਸੇ ਨਾ ਕਿਸੇ ਥਾਂ ਤੇ ਅਸੀਂ ਵੀ ਜ਼ਿੰਮੇਵਾਰ ਹੁੰਨੇ ਆਂ ਕਿਉਂਕਿ ਉਸ ਵੇਲੇ ਅਸੀਂ ਜੇ ਡਾਇਰੈਕਟ ਪਾਰਟਿਸਪੇਟ ਨਹੀਂ ਕਰ ਰਹੇ ਹੁੰਦੇ ਤੇ ਸਾਡੀ ਨਾਲ ਜਿਹੜੀ ਸਾਡੀ ਉਹਨਾਂ ਨੂੰ ਸਪੋਰਟ ਮਿਲਦੀ ਹੈ ਉਹ ਵੀ ਜ਼ਿੰਮੇਵਾਰ ਹੁੰਦੀ ਹੈ ਤੇ ਉਸ ਜ਼ਿੰਮੇਵਾਰੀ ਵਿੱਚ ਸਾਡੀ ਮਾਨਸਿਕਤਾ ਕੰਮ ਕਰ ਰਹੀ ਹੁੰਦੀ ਹੈ ਤੇ ਮਾਨਸਿਕਤਾ ਵਿੱਚ ਸਾਡੀ ਜਿਹੜੀ ਆ ਗੁਰੂ ਸਾਹਿਬ ਨੇ ਸਾਨੂੰ ਹੁਕਮੇ ਕੀਤਾ ਹੁੰਦਾ ਹੈ ਕਿ ਉਹ ਕੁਰਬਾਨੀ ਵਿੱਚ ਰੂਟਡ ਹੈ ਉਹ ਸਪਿਰਚੁਅਲ ਵਿੱਚ ਰੂਟਡ ਹੈ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲਚਰ ਵਿੱਚ ਵਰਤ ਜਾਂਦੀਆਂ ਨੇ ਜਾਂ ਜਿਹੜੀਆਂ ਮਤਲਬ ਧਰਮ ਵਿੱਚ ਵਰਤ ਜਾਂਦੀਆਂ ਨੇ ਉਸ ਦੇ ਤੇ ਜਾ ਕੇ ਇਫੈਕਟ ਕਰਦੀਆਂ ਨੇ ਤੇ ਮੈਂ ਇੱਕ ਕੋਟੇਸ਼ਨ ਲੈ ਲਈ ਹੈ ਪਾਈਰਨਦੀਪ ਸਿੰਘ ਹੋਣਾ ਦੀ ਮੈਂ ਸਮਝਦਾ ਕਿ ਪਾਈਰਨਦੀਪ ਸਿੰਘ ਮੇਰੇ ਵਾਸਤੇ ਥੀਓਲੋਜੀਅਨ ਵੀ ਨੇ ਸਪਿਰਚੁਅਲਿਸਟ ਵੀ ਨੇ ਤੇ ਬੈਲ ਅਵੇਕ ਵੀ ਨੇ ਆਪਣੇ ਸੰਕਲ ਦੇ ਮੈਂ ਉਹ ਉਹਨਾਂ ਦੇ ਉਹਨਾਂ ਨੂੰ ਇਸ ਐਂਗਲ ਤੋਂ ਲੈ ਰਿਹਾ ਅਕੈਡੈਮਿਕ ਉਹਨਾਂ ਦੀ ਕੋਟੇਸ਼ਨ ਇਹ ਹੈ ਕਿ ਜਿਸ ਕੌਮ ਅਤੇ ਕੌਮੀਅਤ ਅੰਦਰ ਇਹ ਵਿਦਨ ਕੋਰਸ ਹੈ ਜਿਸ ਕੌਮ ਅਤੇ ਕੌਮੀਅਤ ਅੰਦਰ ਰੋਹਾਨੀਅਤ ਵਾਲੀ ਜੀਵਨ ਕਣੀ ਨਹੀਂ ਐਸੇ ਨਰੇ ਰਾਜਸਾਹਿਬ ਦੀ ਇੱਛਾ ਨੂੰ ਦੇਵ ਨੇਤ ਨਾਲ ਰਾਜ ਸਾਜ ਮਿਲ ਵੀ ਜਾਵੇ ਤਾਂ ਇਸ ਬਾਤ ਦੀ ਕੀ ਗਰੰਟੀ ਹੈ ਕਿ ਉਹਨਾਂ ਦਾ ਬੁਲਹਵਸੀ ਲਫ਼ਜ਼ੋ ਬਹੁਤ ਲਫ਼ਜ਼ ਟਰਮੀਨੋਲੋਜੀ ਬੜੀ ਕ੍ਰੀਏਟ ਕਰਦੇ ਨੇ ਉਹ ਬੁਲਹਵਸੀ ਰਾਜ ਕਿਸੇ ਪਹਿਲੇ ਕਾਇਮशुदा ਰਾਜ ਨਾਲੋਂ ਚੰਗੇਰਾ ਅਤੇ ਪ੍ਰਜਾ ਲਈ ਅਧਿਕ ਭਲੇਰਾ ਹੋਵੇਗਾ ਜਿਸ ਕੌਮ ਅੰਦਰ ਵਜ਼ੀਰੀਆਂ ਸਾਮਨ ਦੀ ਲਾਲਸਾ ਲੱਗੀ ਹੋਵੇ ਜਿਸ ਕੌਮੀਅਤ ਦੇ ਕੌਮ ਪ੍ਰਸਤਾਗੂ ਕੌਂਸਲਾਂ ਤੇ ਡਿਸਟ੍ਰਿਕਟ ਬੋਰਡਾਂ ਮੈਂਬਰੀਆਂ ਮੈਂਬਰੀਆਂ ਦੀ ਪ੍ਰਾਪਤੀ ਖਾਤਰ ਆਮ ਜਨਤਾ ਨੂੰ ਸੱਭਿਆਤਾ ਹੀਣ ਦੇਖ ਖਲਾਕੋਂ ਗਰੇ ਹੋਏ لالਚ ਦੇ ਕੇ ਕੌਮੀਅਤ ਦੇ ਸ਼ਿਰਾਜੇ ਨੂੰ ਪਾਸ ਪਾਸ ਕਰਨ ਉੱਤੇ ਆ ਉਤਰਨ ਉਹਨਾਂ ਦਾ ਭਲਾ ਉਹਨਾਂ ਦਾ ਭਲਾ ਬਣਨ ਵਾਲੀ ਰਾਜਗਿਰੀ ਦੇ ਅਹੁਦੇ ਹਾਸਲ ਕਰਕੇ ਕੀ ਪੂਰੀਆਂ ਪਾਉਣਗੀਆਂ ਅਪਰਸਥਾ ਤੋਂ ਕੌਮ ਪ੍ਰਸਤੀ ਨਹੀਂ ਹੋ ਸਕਦੀ ਸਵਾਰਥੀਆਂ ਪਾਸੋਂ ਪਰਮਾਰਸ ਤੇ ਪਰਉਪਕਾਰ ਕਦੇ ਨਹੀਂ ਹੋ ਸਕਦਾ ਖੁਦਗਰਦੀ ਲਈ ਆਪਣੇ ਭਾਈਆਂ ਨੂੰ ਪੁਛਾਰ ਲਟਾੜ ਕੇ ਛੋਟੀਆਂ ਛੋਟੀਆਂ ਸਿਕਦਾਰੀਆਂ ਅਤੇ ਉਹਦੇਦਾਰੀਆਂ ਨੂੰ ਜਫਾ ਮਾਰਨ ਵਾਲਿਆਂ ਤੋਂ ਇਹ ਆਸ ਤੱਕ ਨਹੀਂ ਕਿ ਦੇਸ਼ ਦੀ ਜਨਤਾ ਦੇ ਭਲੇ ਲਈ ਕੁਝ ਕਰਨਗੇ ਨਿਰੀ ਖਾਮ ਖਿਆਲੀ ਹੈ ਇਹ ਉਹਨਾਂ ਦਾ ਗੁਰਮਤਿ ਲਿਖ ਕਿਤਾਬ ਹੈ ਤੇ ਉਹਦੇ ਪੰਨਾ 143 44 ਤੇ ਇਹ ਕੋਟੇਸ਼ਨ ਆਉਂਦੀ ਹੈ ਇਹ ਮੈਂ ਇਸ ਕਰਕੇ ਲੈ ਲਈ ਹੈ ਕਿ ਮੈਂ ਇਹ ਗੱਲ ਕਹਾਂਗਾ ਤਾਂ ਤੁਸੀਂ ਉਹ ਮੇਰੀ رائے ਹੋ ਜੇਗੀ ਪਹਿਲਾਂ ਸੋਚਿਆ ਦਾ ਫੈਸਲਾ ਹੋ ਜਾਏਗਾ ਪਰ ਇੱਕ ਸਥਾਪਿਤ ਵਿਦਵਾਨ ਜਿਹੜਾ ਹੈ ਉਹਨੇ ਜਿਹੜੀ ਗੱਲ ਕਹੀ ਹੈ ਤੇ ਮੈਨੂੰ ਲੱਗਿਆ ਵੀ ਅੱਜ ਵੀ ਜਿਹੜੀ ਮੈਂ ਟੌਪਿਕ ਲੈ ਰਿਹਾ ਇਹਦੇ ਤੇ ਲਾਗੂ ਹੋ ਰਹੀ ਆ ਉਹ ਸਾਡੀਆਂ ਸੰਸਥਾਵਾਂ ਨੂੰ ਪ੍ਰੋਬਲਮ ਜਿਹੜੀ ਹੈ ਉਹ ਇਹੀ ਆਈ ਹੈ ਕਿ ਉਹ ਸਪਿਰਚੁਅਲ ਨਾਲ ਟੁੱਟੀ ਹੋਈ ਰਾਜਨੀਤੀ ਦਾ ਸ਼ਕਲ ਦੇ ਇਸ ਕਰਕੇ ਇਹਦੇ ਤੇ ਆਧਾਰ ਤੇ ਮੈਂ ਦੂਜਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਇਹ ਇਹ ਹੈ ਕਿ ਸਿੱਖ ਸੰਸਥਾ ਦੀ ਵਿਆਖਿਆ ਜਿਹੜੀ ਹੈ ਉਹੀ ਹੈ ਜਿਹੜੀ ਗੁਰਦੁਆਰਾ ਸੰਸਥਾ ਦੀ ਵਿਆਖਿਆ ਹੈ ਮੈਂ ਬੇਸਿਕ ਤੌਰ ਤੇ ਇਹ ਨਹੀਂ ਗੱਲ ਮੰਨਦਾ ਕਿ ਸਾਡੇ ਕੋਲ ਤਿੰਨ ਬੇਸਿਕ ਇੰਸਟੀਚਿਊਸ਼ਨ ਨੇ ਉਹ ਇਹ ਤਿੰਨ ਬੇਸਿਕ ਇੰਸਟੀਚਿਊਸ਼ਨ ਜਿਹੜੇ ਨੇ ਉਹਨਾਂ ਚੋਂ ਨੰਬਰ 1 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਜ਼ਰਾਧੂਰ ਨੇ ਫਿਰ ਉਹਨਾਂ ਨੂੰ ਸੰਭਾਲਣ ਵਾਸਤੇ ਸਾਡੇ ਕੋਲ ਗੁਰਦੁਆਰਾ ਹੈ ਤੇ ਗੁਰਦੁਆਰੇ ਦੇ ਆਗੂ ਰੋਲ ਮਾਡਲ ਦਾ ਮਤਲਬ ਵੀ ਕਹਨੇ ਚਾਹਦਾ ਉਹ ਅਕਾਲ ਤਖਤ ਹੈ ਵੀ ਇੱਕ ਕਮਾਲ ਦੀ ਗੱਲ ਹੈ ਕਿ ਅੱਜ ਤੱਕ ਸਾਰੇ ਗੁਰਸਿੱਖ ਬੈਠੇ ਨੇ ਕੋਈ ਪਰਮ ਨਹੀਂ ਹੈ ਜਿੱਥੇ ਗੁਰਸਿੱਖ ਨਹੀਂ ਵੀ ਹੁੰਦੇ ਉੱਥੇ ਵੀ ਇਹਨਾਂ ਤਿੰਨਾਂ ਸੰਸਥਾਵਾਂ ਵਿੱਚ ਪੰਜਾਬ ਦੇ ਜੰਮੇ ਹੋਏ ਕਿਸੇ ਬੰਦੇ ਦਾ ਅਜੇ ਤੱਕ ਵਿਸ਼ਵਾਸ ਨਹੀਂ ਡੋਲਿਆ ਇਸ ਕਰਕੇ ਮੈਂ ਇਹ ਤੁਹਾਨੂੰ ਨਾਲ ਸਾਂਝਾ ਇਹ ਕਰਨਾ ਹੈ ਕਿ ਜਿਹੜਾ ਗੁਰਦੁਆਰਾ ਹੈ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ ਜਿਹੜੀਆਂ ਜਿਹੜਾ ਸੰਸਥਾ ਦਾ ਮੂਲ ਬਣਨਾ ਹੈ ਸਿੰਬਲ ਬਣ ਗਿਆ ਤੇ ਉਹਦੀ ਵਿਆਖਿਆ ਭਾਈ ਕਾਨ ਸਿੰਘ ਲਾ ਬਾਕੀ ਕਰਦਾ ਹੈ ਇੱਥੇ ਮੈਂ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ ਉਹਨੇ ਕਿਹਾ ਕਿ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਾਚਾਰੀਆ ਯਰੋਗਿਆਂ ਲਈ ਸ਼ਫਾਖਾਨਾ ਭੁੱਖਿਆਂ ਲਈ ਅਨਪੂਰਨਾ ਇਸਤਰੀ ਜਾਤ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ। ਯਾਨੀ ਇੱਕ ਸਿੱਖ ਨੂੰ ਜੋਗਸ਼ਾਹੀਦ ਹੈ ਘਟੋ ਘਟ ਜਾਈਦ ਹੈ ਇਸ ਸੰਸਥਾ ਜਦੋਂ ਬਣੀਆਂ ਨੇ ਤੇ ਇਹਨਾਂ ਦੀ ਅੱਜ ਦੀ ਜਦੋਂ ਪੋਸਟ ਮਾਡਰਨ ਏਜ ਵਿੱਚ ਅਸੀਂ ਉਹਨੂੰ ਵਕਾਰਾਂਗੇ ਤੇ ਉਹਦੇ ਵਿੱਚ ਉਹ ਘਟੋ ਘਟ ਜਿਹੜਾ ਉਹਨੂੰ ਲੈ ਕੇ ਗੱਲ ਕੀਤੀ ਹੋਈ ਹੈ ਸਾਡਾ ਲੰਗਰ ਇਹ ਹੈ ਜੋ ਘਟੋ ਘਟ ਅਸੀਂ ਖਾਣਾ ਚਾਹੀਦਾ ਸਾਨੂੰ ਇਹ ਕੋਈ 5 ਸਟਾਰ ਕਲਚਰ ਜਿਹੜਾ ਉਹਦੇ ਵਿੱਚ ਨਹੀਂ ਹੈ ਉਹ ਨਹੀਂ ਹੈ ਉਹਦੀ ਉਹ ਇੱਕ ਸਿੰਪਲ ਖਾਣਾ ਹੈ ਸਿੰਪਲ ਲਿਵਿੰਗ ਵਾਸਤੇ ਜਿਹੜਾ ਚਾਹੀਦਾ ਤੇ ਇਸ ਕਰਕੇ ਗੁਰਦੁਆਰਾ ਵੀ ਸਾਡੀ ਜਿਹੜੀ ਸੰਸਥਾ ਹੈ ਉਹਦੀ ਵਿਆਖਿਆ ਇਹ ਇਹ ਮਤਲਬ ਬਣ ਜਾਣੀ ਹੈ ਜੇ ਮੈਂ ਸਮਝਦਾ ਹਾਂ ਕਿ ਇਹ ਗੁਰਦੁਆਰਾ ਸੰਸਥਾ ਹੀ ਸਿੱਖ ਸੰਸਥਾ ਦੀ ਨੁਮਾਇੰਦੀ ਕਰਦੀ ਰਹੀ ਹੈ ਇਸ ਵਿੱਚ ਕੇਂਦਰੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪ੍ਰਾਪਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਦਾ ਦੂਜੇ ਦੇ ਪੂਰਕ ਹੋਣ ਵਿੱਚ ਹੈ ਅਤੇ ਇਹਨਾਂ ਦੋਹਾਂ ਨੂੰ ਇੱਕ ਦੂਜੇ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ ਸਿੱਖ ਸੰਸਥਾ ਤੋਂ ਪੰਥਕ ਸੰਸਥਾ ਤੱਕ ਦਾ ਸਫ਼ਰ ਵੀ ਬਹੁਤ ਅਰਥ ਭਰਪੂਰ ਹੈ ਸਿੱਖ ਸੰਸਥਾ ਦਾ ਪ੍ਰਤੀਨਿਧ ਹਰਮੰਦਰ ਸਾਹਿਬ ਹੈ ਅਤੇ ਪੰਥਕ ਸੰਸਥਾ ਦਾ ਪ੍ਰਤੀਨਿਧ ਮੈਂ ਅਕਾਲ ਤਖਤ ਨੂੰ ਮੰਨ ਲਿਆ ਹੁਣ ਇਹਨਾਂ ਦੇਖੋ ਵੀ ਇਹਨਾਂ ਦੀ ਦੁਨੜ ਉਹ ਇਹ ਇਹ ਦੋਨੋਂ ਕਿਵੇਂ ਚੱਲਣਾ ਹੈ ਇਹਨਾਂ ਦੋਹਾਂ ਸਰੋਤ ਸੰਸਥਾਵਾਂ ਨੂੰ ਇੱਕ ਦੂਜੇ ਦੀ ਪੂਰਕਤਾ ਵਿੱਚ ਹੀ ਸਮਝਿਆ ਜਾਣ ਦੀ ਲੋੜ ਹੈ ਇਹਨਾਂ ਦੋਹਾਂ ਵਿਚਾਰ ਨਾਜ਼ਕ ਨਖੇੜ ਕਰ ਸਕੰਦੀ ਅਸਮਰੱਥਤਾ ਵਿੱਚੋਂ ਉਹੋ ਜੀ ਸਿਆਸਤ ਪੈਦਾ ਹੋ ਰਹੀ ਹੈ ਜਿਸ ਨੂੰ ਲੈ ਕੇ ਹਥਲੇ ਪਰਚੇ ਵਿੱਚ ਗੱਲ ਕੀਤੀ ਜਾ ਰਹੀ ਹੈ ਸਿਆਸਤ ਮੁਤਾਬਕ ਮੇਰੇ ਮੈਂ ਜਿਹੜੀ ਮੈਨੂੰ ਸਮਝਾਉਂਦੀ ਹੈ ਗਉਮੁਖੀ ਵਰਤਾਰਾ ਹੋਣ ਕਰਕੇ ਨੈਤਿਕ ਸੀਮਾਵਾਂ ਨੂੰ ਸਦਾ ਹੀ ਤੋੜਦੀ ਰਹਿੰਦੀ ਹੈ ਗਉਮੁਖੀ ਵਰਤਾਰੇ ਦੀ ਚੂਲ వ్యక్తిగత ਚੌਧਰ ਰਹਿੰਦੀ ਹੈ ਮੈਂ ਸਿਆਸਤ ਨੂੰ ਕਿਉਂ ਅੜਿੱਕਾ ਮੰਨਦਾ ਸਿੱਖ ਸੰਸਥਾ ਵਿੱਚ ਵਿਅਕਤੀਗਤ ਚੌਧਰ ਵਾਸਤੇ ਕੋਈ ਸਪੇਸ ਨਹੀਂ ਹੈ ਕਿਉਂਕਿ ਵਿਅਕਤੀ ਉਤਮਤਾ ਨੂੰ ਸੰਗਤੀ ਸੀਮਾਵਾਂ ਛੜਪਣ ਦੀ ਆਗਿਆ ਨਹੀਂ ਹੈ ਵਿਅਕਤੀ ਉਤਮਤਾ ਸੰਗਤੀ ਇਸ਼ਾਵਾਂ ਨੂੰ ਛੜਪ ਨਹੀਂ ਸਕਦੀ ਇਸ ਲਈ ਪੰਥ ਨੂੰ ਵੀ ਗੁਰ ਸੰਗਤ ਕੀਨੀ ਖਾਲਸਾ ਦੇ ਪ੍ਰਸੰਗ ਵਿੱਚ ਹੀ ਸਮਝੇ ਸਮਝਾਏ ਦੀ ਲੋੜ ਹੈ ਇਸ ਵਿੱਚ ਸਾਂਝੀ ਸਮਝ ਜਿਹੜੀ ਸਾਨੂੰ ਚਾਹੀਦੀ ਅਸੀਂ ਕਿਹੜੀ ਲੈਕ ਕਰ ਰਹੇ ਆ ਜਿਹੜੀ ਗੱਲ ਉਹ ਹੈ ਕਿ ਸਾਨੂੰ ਜ਼ਰੂਰਤ ਹੈ ਇਸ ਗੱਲ ਦੀ ਕਿ ਇਸ ਵਿੱਚ ਸਾਂਝੀ ਸਮਝ ਸਾਂਝੀ ਚੇਤਨਾ ਸਾਂਝੀ ਯਾਦ ਅਤੇ ਸਾਂਝਾ ਅਨੁਭਵ ਸ਼ਾਮਲ ਹੈ ਹੁਣ ਅਸੀਂ ਇਹ ਜਦੋਂ ਸਾਰੀਆਂ ਸਾਂਝਾਂ ਜੜੀਆਂ ਨੇ ਉਹ ਬिखर ਗਈਆਂ ਟੰਡੀਆਂ ਗਿਆ ਗਈਆਂ ਤੇ ਉਹਨਾਂ ਦੇ ਟੁਕੜਿਆਂ ਦੇ ਅੱਗੇ ਪ੍ਰਤੀਨਿਧ ਹੋ ਗਏ ਉਹ ਤਾਂ ਮਤਲਬ ਹੁਣ ਅਨੁਭਵ ਦੇ ਪ੍ਰਤੀਨਿਧ ਜਿਹੜੇ ਉਹ ਡੇਰੇ ਹੋਏ ਫਿਰਦੇ ਨੇ ਸਿਆਸਤ ਦਾ ਪ੍ਰਤੀਨਿਧ ਕਾਲ ਤੱਕ ਜਿਹਾ ਰਹਾ ਹੋਇਆ ਪਰ ਹੁਣ ਬੇਚੇਰੋ ਅਸੀਂ ਦੇਖਾਂਗੇ ਜਦੋਂ ਮੈਂ ਇਹ ਗੱਲ ਕਹਿਣਾ ਤੇ ਉਹਦੇ ਚ ਸ਼ਾਮਿਲ ਰਹੇਗਾ ਕਿ ਸਿੱਖ ਸਿਸਟਮ ਵਿੱਚ ਪਦਵੀ ਦੇ ਅਧਿਕਾਰ ਨਾਲ ਦੀ ਕੋਈ ਚੀਜ਼ ਸਿੱਖ ਸਿਸਟਮ ਵਿੱਚ ਪਦਵੀ ਦੀ ਕੇਵਲ ਨੈਤਿਕਤਾ ਹੈ ਨੈਤਿਕਤਾ ਵਿੱਚ ਵੱਡੀਆਂ ਚੀਜ਼ਾਂ ਸ਼ਾਮਿਲ ਨੇ ਅਧਿਕਾਰ ਵੀ ਸ਼ਾਮਿਲ ਹੈ ਪਰ ਉਹ ਅਧਿਕਾਰ ਨੈਤਿਕਤਾ ਦੇ ਅੰਤਰਗਤ ਹੈ ਜੇ ਉਹ ਨੈਤਿਕਤਾ ਦੀ ਲੋ ਵਿੱਚ ਨਹੀਂ ਵਰਤਿਆ ਜਾਂਦਾ ਤੇ ਉਹ ਅਧਿਕਾਰ ਜਿਹੜਾ ਓਲਾਰ ਹੋ ਜਾਏਗਾ ਜਥੇਦਾਰ ਨੂੰ ਅਧਿਕਾਰ ਨੇ ਇਹ ਚੁਣੇ ਹੋਏ ਬੰਦਿਆਂ ਨੂੰ ਅਧਿਕਾਰ ਹੁੰਦੇ ਨੇ ਜਿਹੜਾ ਨੌਕਰੀ ਕਰਦਾ ਉਹਨੂੰ ਅਧਿਕਾਰ ਹੁੰਦੇ ਨੇ ਜਥੇਦਾਰ ਨੂੰ ਵੀ ਨੌਕਰ ਹੋਣਾ ਸਮਝ ਲਾ ਤੇ ਅਧਿਕਾਰ ਆ ਗਏ ਅਸੀਂ ਇਹ ਇਹ ਵੱਖਰਾ ਵਿਸ਼ਾ ਹੈ ਇਹਨੂੰ ਮੈਂ ਨਹੀਂ ਛੇੜਦਾ ਇਸ ਕਰਕੇ ਮੈਂ ਸਮਝਦਾ ਕਿ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਗੁਰਦੁਆਰਾ ਐਕਟ ਨਾਲ ਜਿਹੜਾ ਸਾਡੇ ਕੋਲ ਆ ਗਿਆ ਸਾਰਾ ਕੁਝ ਇਹ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਅਸੀਂ ਉਹਦੇ ਨਾਲ ਗਵਾਇਆ ਕੀ ਹੈ ਉਹਦੇ ਨਾਲ ਖਟਿਆ ਕੀ ਹੈ ਤੇ ਉਹ ਨੂੰ ਉਹਦੇ ਨਾਲ ਨਿਬੜਾ ਕਿਵੇਂ ਜੇ ਅਸੀਂ ਨਹੀਂ ਕਰਾਂਗੇ ਤੇ ਕੌਣ ਕਰੇਗਾ ਇਹ ਜੇ ਅਸੀਂ ਨਹੀਂ ਕਰਾਂਗੇ ਤੇ ਅਸੀਂ ਤੇ ਆਪਣੀ ਨਿਵਾ ਲਈ ਹੈ ਤੇ ਜਿਹੜੇ ਆ ਰਹੇ ਨੇ ਉਹਨਾਂ ਕਿਵੇਂ ਨਿਬਟਣਗੇ ਉਹਦੇ ਨਾਲ ਕਿਵੇਂ ਕਰਨਗੇ ਇਹ ਮਤਲਬ ਇਹ ਜਿਹੜੀ ਗੱਲ ਹੋ ਰਹੀ ਸੀ ਉਹ ਮੈਂ ਮੈਂ ਆਪਣੇ ਟਾਈਮ ਦੀ ਸੀਮਾ ਕਰਕੇ ਮੈਂ ਉਹ ਮਤਲਬ ਉਸ ਪਾਸੇ ਨੂੰ ਜਾਣਾ ਨਹੀਂ ਅਗਲਾ ਨੁਕਤਾ ਇਹ ਹੈ ਮੈਂ ਸਮਝਾਂ ਕਿ ਇਹ ਰਾਤ ਵੀ ਗੱਲ ਹੋ ਰਹੀ ਸੀ ਤੇ ਢਿੱਲੋਂ ਸਾਹਿਬ ਇਹ ਇਹ ਗੱਲ ਕਰ ਰਹੇ ਸਨ ਤਾਂ ਠੀਕ ਗੱਲ ਹੈ ਕੇ ਮੂਵਮੈਂਟ ਦੀ ਸੰਭਾਲ ਹੀ ਸੁਰਮੰਗਤੀ ਹੈ ਜੇ ਮੌਕੇ ਤੇ ਫੈਸਲਾ ਨਾ ਲਿਆ ਜਾਏ ਤੇ ਉਹ ਮੂਵਮੈਂਟ ਤੁਹਾਡੇ ਹੱਥ ਵਿੱਚੋਂ ਕਿਰ ਜਾਏ ਤੇ ਉਹੀ ਤੁਹਾਡੇ ਵਾਸਤੇ ਹੁੰਦਾ ਹੈ ਉਹ ਫਿਰ ਜਦੋਂ ਜਿਹੜੇ ਮਤਲਬ ਲਮੇ ਜਿਹੜੇ ਨੇ ਖਤਾ ਕਰਦੇ ਨੇ ਤੇ ਫਿਰ ਸਦੀਆਂ ਸਜ਼ਾ ਇਸੇ ਕਰਕੇ ਪਾਉਂਦੀਆਂ ਨੇ ਇਹ ਇਹ ਇਸ ਕਰਕੇ ਮੈਂ ਸਮਝਦਾ ਇਹ ਹੈ ਕਿ ਗੁਰਬਾਨੀ ਵਿੱਚ ਜਦੋਂ ਮੈਂ ਤੁਹਾਨੂੰ ਤੁਹਾਡੇ ਐਵੇਂ ਸਾਂਝ ਕਰਨ ਵਾਸਤੇ ਕਹਿ ਲੈਣਾ ਕਿ ਸਾਡੇ ਕੋਲ ਉਹ ਸਿਧਾਂਤਿਕ ਅਧਾਰ ਤੇ ਉਹ ਆਧਾਰ ਇਹ ਨੇ ਸਾਡੇ ਕੋਲ ਸੱਚ ਸੁਣਾਸੀ ਸੱਚ ਕੀ ਬੇਲਾ ਇਦੇ ਵਾਸਤੇ ਕਿੰਨਾ ਕਿਚੜਾ ਤੁਸੀਂ ਪਲੈਨਿੰਗ ਥੋੜਾ ਕਰ ਸਕਦੇ ਹੋ ਵਕਤ ਵਿਚਾਰੇ ਸੋ ਬੰਦਾ ਹੋਏ ਵਕਤੇ ਉੱਪਰ ਲੜ ਮਰੇ ਇਹ ਸਾਰੀਆਂ ਜਿਹੜੀਆਂ ਨੇ ਇਹ ਇਹ ਜੱਲਾ ਸਾਡੇ ਕੋਲ ਹੈਗੀਆਂ ਨੇ ਸਿੰਘ ਸੁਭਾਈ ਸੁਜਗਤਾ ਨੇ ਜੇ ਸਾਡੇ ਕੋਲ ਏਸੀ ਇਸ ਵੇਲੇ ਇੱਕ ਹੋਰ ਵੀ ਕਾਰਨ ਹੈ ਕਿ ਕੋਈ ਲਹਿਰ ਨਹੀਂ ਚੱਲ ਕੋਈ ਸਾਂਝੀ ਸਮਝ ਨਹੀਂ ਬਣ ਪਾ ਰਹੀ ਜਦੋਂ ਬਣ ਨਹੀਂ ਪਾ ਰਹੀਆਂ ਤੇ ਉਹਦੇ ਵਿੱਚੋਂ ਫਿਰ ਮਤਲਬ ਜਿਹੜਾ ਇੰਡੀਵਿਜੂਅਲ ਹੈ ਆਪਣੀ ਚਲਾਕੀ ਨਾਲ ਆਪਣੀ ਸਿਆਸਤ ਨਾਲ ਸਾਹੀਂ ਹਰ ਸਾਡੀ ਪਵਿੱਤਰ ਸੰਸਥਾ ਦੀ ਸਿਆਸਤ ਸ਼ੁਰੂ ਕਰ ਲਈ ਹੈ ਅਸੀਂ ਗੁਰਬਾਣੀ ਦੀ ਵੀ ਸਿਆਸਤ ਕਰ ਰਹੇ ਹਾਂ ਅਸੀਂ ਮੈਂ ਉਹਨੂੰ ਉਸ ਡਿਟੇਲ ਤੇ ਜਾਣਾ ਹੋਵੇ ਤਾਂ ਮੈਨੂੰ ਬੜੀ ਆਸਾਨੀ ਨਾਲ ਕਹਿਣਾ ਪਵੇ ਪਰ ਮੈਂ ਹੁਣ ਮਤਲਬ ਇਹ ਕਹਿਣਾ ਚਾਹਉਂ ਕਿ ਜਿਹੜੀ ਸਾਡੇ ਕੋਲ ਪ੍ਰਾਪਤ ਹੈ ਉਹ ਤੋਂ ਸਿੱਧੇ ਤੇ ਲੈ ਲਈਏ ਸਿੰਘ ਸੁਭਾਈ ਸੁਜਗਤਾ ਨੇ ਪ੍ਰਸਤਾਵਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਤੋਂ ਬਚਾਉਣ ਵਾਸਤੇ ਸੰਭਵ ਕੋਸ਼ਸ਼ਾਂ ਕੀਤੀਆਂ ਸਨ ਉਹ ਕੋਸ਼ਸ਼ਾਂ ਦਾ ਜਿਟਾ ਅਕਾਲੀ ਦਲੋਂ ਨਿਕਲਿਆ ਸੀ ਹੁਣ ਹੋਇਆ ਕਿ ਇਹ ਚੋ ਨੁਕਤਾ ਜਿਹੜਾ ਹੈ ਉਹ ਇੱਕ ਅਕਾਲੀ ਦਲ ਨੂੰ ਇੱਕ ਮਕਸਦ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਗਿਆ ਸੀ ਤੇ ਸ਼ਰੋਮਣੀ ਕਮੇਟੀ ਨੂੰ ਦੂਜਾ ਮਕਸਦ ਪਰ ਪ੍ਰੋਵਾਈਡ ਕੀਤਾ ਗਿਆ ਸੀ ਧਰਮ ਦਾ ਹੁਣ ਹੋਇਆ ਇਹ ਕਿ ਸਿਆਸਤ ਅਕਾਲੀ ਦਲ ਨੇ ਜਦੋਂ ਮਤਲਬ ਸ਼ਰੋਮਣੀ ਕਮੇਟੀ ਨੂੰ ਹਾਈਜੈਕ ਕੀਤਾ ਤਾਂ ਹੋਇਆ ਕਿ ਅਕਾਲੀ ਦਲ ਨੇ ਸ਼ਰੋਮਣੀ ਕਮੇਟੀ ਹਾਈਜੈਕ ਕੀਤੀ ਸ਼ਰੋਮਣੀ ਕਮੇਟੀ ਨਾਲ ਤੱਕ ਰਾਈਜੈਕ ਕਰ ਲਿਆ ਅਕਾਲ ਤੱਕ ਨੇ ਸਾਰਾ ਪੰਥ ਹੀ ਹਾਈਜੈਕ ਕਰ ਲਿਆ ਤੇ ਇਹਦੇ ਵਿੱਚੋਂ ਅਸੀਂ ਕੀ ਕੀਤਾ ਅਸੀਂ ਇਹ ਕੀਤਾ ਕਿ ਦੋ ਸੰਸਥਾਵਾਂ ਜਿਹੜਾ ਪੂਰਕ ਹੋਣਾ ਸੀ ਇੱਕ ਦੂਜੇ ਦੀ ਮਦਦ ਕਰਨੀ ਸੀ ਉਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਫੇਲ ਕਰਨਾ ਸ਼ੁਰੂ ਕਰਤਾ ਜੇ ਉਹ ਫੇਲ ਕਰਨਾ ਕਿਵੇਂ ਸ਼ੁਰੂ ਕਰਤਾ ਕਿ ਇਸ ਕਰ ਸ਼ੁਰੂ ਕਰਤਾ ਕਿ ਅਕਾਲੀ ਦਲ ਜਿਹੜਾ ਹੈ ਉਹ ਹਿੰਦੁਸਤਾਨ ਦੀ ਧਰਮ ਨਿਰਪੱਖ ਸਿਆਸਤ ਦੇ ਅੰਤਰਗਾਹਤ ਉਹ ਤੋਂ ਨੇ ਕਾਨੂੰਨ ਦੇ ਮਤਾਬਕ ਉਹ ਪਾਰਲੀਮੈਂਟ ਦੇ ਮਤਾਬਕ ਹੀ ਸਿਆਸਤ ਤੇ ਉਹ ਨੈਸਸਸਰਲੀ ਸੁਭਾਅ ਵਿੱਚ ਪੰਥਕ ਨਹੀਂ ਰਹਿ ਸਕਦਾ ਇਹ ਇਹ ਚੱਲ ਰਿਹਾ ਹੈ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਪੰਥਕ ਸੰਸਥਾ ਹੈ ਇਹਨੂੰ ਸਵਾਭ ਵਿੱਚ ਡੈਮੋਕ੍ਰੈਟਿਕ ਹੋਣ ਦੀ ਲੋੜ ਹੀ ਨਹੀਂ ਹੈ ਹੁਣ ਇਹ ਸ਼੍ਰੋਮਣੀ ਕਮੇਟੀ ਪੰਥਕ ਬਚਨ ਬੱਧਤਾ ਨੇ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਤੇ ਅਕਾਲੀ ਦਲ ਦੀ ਮਤਲਬ ਹਰ ਜਿਹੜੀ ਉਹਨਾਂ ਦੀ ਲੋੜ ਸੀਗੀ ਡੈਮੋਕ੍ਰੈਟਿਕ ਉਹਨੇ ਇਹਨੂੰ ਡਾਈਲੂਟ ਕਰਤਾ ਇਹਨਾਂ ਦੀ ਬਚਨ ਬੱਧਤਾ ਨੂੰ ਤਸੀਂ ਇੱਕ ਦੂਜੇ ਨੂੰ ਫੇਲ ਕਰਨ ਵਾਲੇ ਪਾਸੇ ਤੁਰਪੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਹੁਣ ਜੋ ਜੇ ਨਹੀਂ ਨਿਕਲਦੇ ਤੇ